ਅਸਲਾਮ ਵਾਲੇਕਮ ਵੀਰੋ, ਕੀ ਹਾਲ ਚਾਲ ਹੈ? ਵੀਰੋ, ਭਾਈ ਅੰਮ੍ਰਿਤਪਾਲ ਸਿੰਘ ਦੀ ਵਾਈਫ ਉਹਨਾਂ ਨੂੰ ਮਿਲਣ ਗਏ ਸੀ ਜੇਲ੍ਹ ਦੇ ਵਿੱਚ, ਅਤੇ ਜਦੋਂ ਉਹ ਮਿਲ ਕੇ ਆਏ ਆ ਬਾਹਰ, ਅਤੇ ਉਹ ਬਹੁਤ ਜ਼ਿਆਦਾ ਭਾਵਕ ਸੀ, ਰੋ ਰਹੇ ਸੀ। ਵੀਰੋ, ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਜੇਲ੍ਹ ਦੇ ਵਿੱਚ ਇਹੋ ਜਿਹਾ ਕੀ ਵਾਪਰ ਰਿਹਾ ਵੈ ਜਿਹੜਾ ਕਿ ਮੀਡੀਆ ਲੁਕਾ ਰਿਹਾ ਵੈ, ਦੱਸ ਨਹੀਂ ਰਿਹਾ, ਅਤੇ ਉਹਨਾਂ ਦੀ ਜਿਹੜੀ ਵਾਈਫ ਹੈ ਉਹਨਾਂ ਖੁਲਾਸੇ ਕੀਤੇ ਹੈ ਪੂਰਾ, ਜਿਹੜਾ ਇਹ ਖਬਰ ਜਿਹੜੀ ਹੈ ਇਹ ਹਿਲਾ ਦੇਣ ਵਾਲੀ ਖਬਰ ਹੈ। ਫਿਰ ਉਹ ਚੱਲ ਕੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇਸ ਖਬਰ ਦੇ ਬਾਰੇ ਜਾਣਾਂਗੇ। ਸੋ ਚੱਲ ਕੇ ਵੀਡੀਓ ਦੇਖਦੇ ਹਾਂ ਇਸ ਦੇ ਬਾਰੇ ਜਾਣਦੇ ਪੰਜਾਬੀਓ। ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਜਿਹੜੀ ਕਿ ਬਹੁਤ ਹੀ ਮਤਲਬ ਅਜੀਬੋ ਗਰੀਬ ਖਬਰ ਆ ਚੁੱਕੀ ਹੈ। ਭਾਈ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਜੇਲ੍ਹ ਦੇ ਵਿੱਚ ਮਿਲਣ ਗਿਆ ਸੀ ਭਾਈ ਅੰਮ੍ਰਿਤਪਾਲ ਸਿੰਘ ਨੂੰ, ਜਿਹੜਾ ਕਿ ਹਿਲਾ ਦੇਣ ਵਾਲਾ ਖੁਲਾਸਾ ਉਹਨਾਂ ਨੇ ਕਰ ਦਿੱਤਾ ਪੂਰੇ ਪੰਜਾਬ ਵਾਸੀਆਂ ਦੇ ਸਾਹਮਣੇ, ਜਿਹੜੀ ਕਿ ਆਪਾਂ ਕਦੇ ਵੀ ਸੋਚ ਨਹੀਂ ਸਕਦੇ, ਪੈਰਾਂ ਥੱਲੋਂ ਜ਼ਮੀਨ ਖਿਸਕ ਜਾਂਦੀ ਹੈ ਜਿਹੜਾ ਵੀ ਮਤਲਬ ਪੰਜਾਬ ਦੇ ਵਾਸੀ, ਕਿ ਮੈਂ ਕਹਿੰਦਾ ਵੀ ਬਾਹਰਲੇ ਵਿਦੇਸ਼ਾਂ ਦੇਸ਼ਾਂ ਦੇ ਤੱਕ ਇਸ ਗੱਲ ਨੂੰ ਜਿਹੜਾ ਕਿ ਬਹੁਤ ਹੀ ਜ਼ਿਆਦਾ ਯਾਨੀ ਐਡਾ ਮਤਲਬ ਝਟਕਾ ਲੱਗ ਚੁੱਕਿਆ ਆਪਣੇ ਸਿੱਖ ਸਮਾਜ ਨੂੰ, ਸਿੱਖ ਜਥੇਬੰਦੀਆਂ ਨੂੰ ਬਹੁਤ ਜ਼ਿਆਦਾ ਮਤਲਬ ਇਸ ਗੱਲ ਦੀ ਮੰਦਭਾਗੀ ਖਬਰ ਦੀ, ਜਿਹੜੀ ਕਿ ਗੱਲ ਸੁਣ ਕੇ ਹੈਰਾਨੀ ਵਾਲੀ ਗੱਲ ਹੈ। ਜਿਵੇਂ ਇੱਕ ਕਿ ਜਿਵੇਂ ਕਹਿ ਸਕਦੇ ਹਾਂ ਵੀ ਸਿੱਖ ਕੌਮ ਦੇ ਉੱਤੇ ਵੱਡਾ ਝਟਕਾ, ਤੇ ਦੂਜੀ ਗੱਲ ਭਾਈ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਗਏ ਪਰਿਵਾਰ ਨੇ ਯਾਨੀ ਉਹਨਾਂ ਦੀ ਪਤਨੀ ਨੇ ਤੇ ਉਹਨਾਂ ਦੇ ਮਤਲਬ ਪੂਰੇ ਪਰਿਵਾਰ ਨੇ ਵੱਡਾ ਖੁਲਾਸਾ ਕਰ ਦਿੱਤਾ ਕਿ ਜਿਹੜਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਇਸ ਖਬਰ ਨੂੰ ਲੈ ਕੇ ਪੂਰੇ ਪੰਜਾਬ ਵਾਸੀਆਂ ਦੇ ਦਿਲ ਵਿੱਚ ਜਿਹੜਾ ਕਿ ਇਹੋ ਜਿਹਾ ਮਤਲਬ ਇੱਕ ਜ਼ਹਿਰ ਭਰ ਦਿੱਤਾ, ਜਿਹੜਾ ਕਿ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ, ਕਿਉਂਕਿ ਇਹ ਮੰਦਭਾਗੀ ਖਬਰ ਹੈ, ਬਹੁਤ ਵੱਡੀ ਖਬਰ ਹੈ। ਡਿਬਰੂਗੜ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਮਿਲਣ ਗਏ ਸੀ ਪਰਿਵਾਰ ਭਾਈ ਅੰਮ੍ਰਿਤਪਾਲ ਸਿੰਘ ਨੂੰ, ਪਰ ਜਦੋਂ ਉੱਥੇ ਪਹੁੰਚੇ ਉਹਨਾਂ ਨੇ ਅੰਦਰ ਜਾ ਕੇ ਵੇਖਿਆ ਤਾਂ ਉਹਨੂੰ ਮਿਲੇ ਤਾਂ ਹੋਸ਼ ਉਡਾ ਦੇਣ ਵਾਲੀ ਜਿਹੜੀ ਕਿ ਗੱਲ ਹੈ ਉਹ ਮੈਂ ਤੁਹਾਡੇ ਸਾਹਮਣੇ ਧਰੂੰਗਾ, ਤਾਂ ਕਿ ਤੁਹਾਨੂੰ ਵੀ ਯਕੀਨ ਹੋ ਜਾਵੇ ਕਿ ਇਹੋ ਜਿਹੀ ਜਿਹੜੀ ਗੱਲ ਹੈ ਇਸਨੇ ਪੂਰੀ ਦੁਨੀਆ ਨੂੰ ਪੂਰੇ ਦੇਸ਼ ਭਰ ਦੇ ਵਿੱਚ ਰੌਲਾ ਪੈ ਚੁੱਕਿਆ ਤੇ ਹਿਲਾ ਦਿੱਤੀ ਹੈ ਪੂਰੀ ਦੁਨੀਆ। ਇਸ ਤੋਂ ਪਹਿਲਾਂ ਕਿ ਤੁਸੀਂ ਮੈਂ ਤੁਹਾਨੂੰ ਉਹ ਗੱਲ ਸੁਣਾਊਂਗਾ ਵੀ ਤੇ ਦਿਖਾਊਂਗਾ ਵੀ, ਕਿਉਂਕਿ ਇਹ ਗੱਲ ਹੀ ਕੁਛ ਇਹੋ ਜਿਹੀ ਹੈ ਜਿਹੜੀ ਕਿ ਹਰ ਬੰਦੇ ਦੇ ਹੋਸ਼ ਉਡਾ ਦਿੰਦੀ ਹੈ ਤੇ ਤੁਸੀਂ ਵੀ ਸੁਣ ਕੇ ਹੈਰਾਨ ਹੋ ਜਾਓਗੇ। ਇਹ ਸੁਣ ਕੇ ਧਿਆਨ ਨਾਲ ਤੁਸੀਂ ਆਪਣੇ ਆਪਣੇ ਕਮੈਂਟਾਂ ਦੇ ਵਿੱਚ ਤੁਸੀਂ ਮੈਨੂੰ ਰਾਏ ਜ਼ਰੂਰ ਦੇਣਾ ਕਿ ਗੱਲ ਹੈ ਕੀ ਹੈ। ਦੇ ਨਾਲ ਜੁੜੀ ਇੱਕ ਖਾਸ ਖਬਰ ਤੋਂ ਤੁਹਾਨੂੰ ਰੂਬਰੂ ਕਰਵਾਉਂਦੇ ਹਾਂ। ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਜੇਲ੍ਹ ਦੇ ਵਿੱਚ ਮਿਲਣ ਪਹੁੰਚੀ ਭਾਈ ਅੰਮ੍ਰਿਤਪਾਲ ਸਿੰਘ ਦੀ ਤਰ੍ਹਾਂ ਬਦਲੀ, ਪਰ ਅੰਦਰ ਤਾਂ ਕੋਈ ਹੋਰ ਹੀ ਪਾਣਾ ਵਾਪਰ ਗਿਆ। ਰੋਂਦੀ ਕਰਾਉਂਦੀ ਜੇਲ੍ਹ ਦੇ ਵਿੱਚੋਂ ਬਾਹਰ ਆਈ ਅਤੇ ਬਾਹਰ ਆਉਂਦੇ ਹੀ ਉਹਨਾਂ ਦੀ ਧਰਮ ਪਤਨੀ ਨੂੰ ਮੀਡੀਆ ਨੇ ਪਾ ਲਿਆ ਗਿਆ ਅਤੇ ਭਾਵੁਕ ਹੋਏ ਮਨ ਦੇ ਨਾਲ ਐਸੀ ਗੱਲਬਾਤ ਕਹੀ ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣ। ਸਾਧ ਸੰਗਤ ਜੀ, ਸੋਚਣ ਵਾਲਾ ਵਿਸ਼ਾ ਹੈ ਕਿ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਜੇਲ੍ਹ ਦੇ ਵਿੱਚ ਇਹੋ ਜਿਹਾ ਕੀ ਹੋ ਰਿਹਾ ਹੈ ਜੋ ਸਾਨੂੰ ਨਹੀਂ ਦਿਖਾਇਆ ਜਾ ਰਿਹਾ, ਜੋ ਮੀਡੀਆ ਤੋਂ ਦੂਰ ਰੱਖਿਆ ਜਾ ਰਿਹਾ ਹੈ। ਮੀਡੀਆ ਇੱਕ ਫੋਟੋ ਤੋਂ ਦਿਖਾ ਸਕਦਾ ਹੈ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਸਹੁੰ ਚੁੱਕ ਸਮਾਗਮ ਤੇ ਪਹੁੰਚੇ ਸੀ। ਸੁਣ ਲਿਆ ਪੰਜਾਬੀ, ਉਹ ਗੱਲ ਕੀ ਹੈ ਵੀ ਹੁਣ ਮੈਂ ਤੁਹਾਡੇ ਸਾਹਮਣੇ ਉਹ ਖੁਲਾਸਾ ਕਰਨ ਲੱਗਿਆ ਕਿ ਕੱਲ ਵੀ ਮੈਂ ਪਰਸੋਂ ਮੇਰਾ ਖਿਆਲ ਮੈਂ ਅਪਡੇਟ ਪਾਈ ਸੀ ਵੀ ਜਿਹੜੇ ਇਹ ਚੈਨਲ ਨੇ ਆਪਾਂ ਕਹੀਏ ਜੇ ਸਰਕਾਰਾਂ, ਇਹ ਸਰਕਾਰਾਂ ਨੂੰ ਕਹੀਏ ਸਰਕਾਰ ਨਹੀਂ ਇਹ ਕਰ ਸਕਦੀ, ਕਿਉਂਕਿ ਇੱਕ ਸਰਕਾਰ ਦੇ ਫੈਲਾਏ ਹੋਏ ਉਹ ਚੈਨਲ ਨੇ ਜਿਹੜੇ ਕਿ ਸਾਡੇ ਸਿੱਖ ਸਮਾਜ ਦੇ ਉੱਤੇ ਸਾਡੀ ਸਿੱਖ ਕੌਮ ਦੇ ਲਈ ਮੈਂ ਕਹਿੰਦਾ ਚਾਰੇ ਐਂਗਲਾਂ ਤੋਂ ਚਾਰੇ ਪਾਸਿਆਂ ਦੇ ਉੱਤੋਂ ਸਾਡੇ ਸਿੱਖ ਸਮਾਜ ਨੂੰ ਹਰ ਪਾਸਿਓਂ ਟਾਰਗੇਟ ਕੀਤਾ ਜਾ ਰਿਹਾ। ਤਾਂ ਮੈਂ ਕਹੂੰਗਾ ਵੀ ਇਹ ਜੇ ਤੁਸੀਂ ਕਹੋਗੇ ਵੀ
ਸਰਕਾਰਾਂ ਇਸ ਦੇ ਉੱਤੇ ਐਕਸ਼ਨ ਲੈਣ ਨਹੀਂ ਲੈਂਦੀਆਂ, ਕਿਉਂਕਿ ਜਿਹੜੇ ਇਹ ਚੈਨਲ ਚਲਾਏ ਹੋਏ ਨੇ ਇਹ ਸਾਡੀ ਖਿਲਵਾੜ ਕਰ ਰਹੇ ਨੇ, ਸਾਡੀ ਭਾਵਨਾਵਾਂ ਦੇ ਨਾਲ ਖੇਡ ਰਹੇ ਨੇ। ਪੂਰੀ ਸਿੱਖ ਸਮਾਜ ਜਿਹੜੀ ਕਿ ਸਾਡੀ ਹਿਸਟਰੀ ਹੈ ਉਹਦੇ ਨਾਲ ਯਾਨੀ ਇੱਕ ਖਿਲਵਾੜ ਹੋ ਰਿਹਾ ਵੱਡੇ ਪੱਧਰ ਤੇ। ਇਹ ਜਿਹੜੇ ਚੈਨਲ ਨੇ ਗੱਲ ਕਹੀ ਹੈ ਵੀ ਭਾਈ ਅੰਮ੍ਰਿਤਪਾਲ ਦੇ ਨਾਲ ਭਾਣਾ ਵਰਤ ਗਿਆ, ਉੱਥੇ ਉਹਨਾਂ ਦੇ ਮਤਲਬ ਪਰਿਵਾਰ ਦੇ ਪਹੁੰਚੇ, ਉਹਨਾਂ ਨੇ ਜੀ ਦਿਲ ਦਹਿਲਾ ਦਿੱਤਾ। ਇਹੋ ਜਿਹੀ ਖਬਰ ਸਾਹਮਣੇ ਆਈ ਕਿ ਉਹਦੀ ਪਤਨੀ ਰੋਂਦੀ ਕੁਰਲਾਉਂਦੀ ਜਿਹੜੀ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਬਾਹਰ ਆ ਰਹੀ ਹੈ, ਇਹ ਗੱਲ ਕਹਿ ਰਹੇ ਨੇ ਇਹ ਚੈਨਲ। ਪਰ ਮੈਂ ਕਹਿੰਦਾ ਵੀ ਵੱਡੇ ਪੱਧਰ ਤੇ ਸਾਡੇ ਸਿੱਖ ਜਥੇਬੰਦੀਆਂ ਨੂੰ ਮੈਂ ਆਪਣੇ ਵੱਲੋਂ ਅਪੀਲ ਕਰਦਾ, ਕਿਉਂਕਿ ਮੈਂ ਇਹ ਕੌਮ ਦੇ ਪ੍ਰਤੀ ਜਿਹੜੀਆਂ ਜਜ਼ਬਾਤਾਂ ਦੀਆਂ ਗੱਲਾਂ ਨੇ ਉਹ ਸਾਰੀਆਂ ਨੂੰ ਜਾਣਦੇ ਹਾਂ ਆਪਾਂ ਸਾਰੇ। ਮੈਂ ਤੁਹਾਡੇ ਸਾਹਮਣੇ ਆਪਣੇ ਚੈਨਲ ਤੇ ਉਹ ਸੱਚ ਪੇਸ਼ ਕਰਦਾ ਹੁੰਦਾ ਜਿਹੜਾ ਕਿ ਦੁਨੀਆਂ ਦੇ ਵਿੱਚ ਦਿਖਾ ਕੇ ਆਪਣੇ ਸਿੱਖ ਕੌਮ ਦੇ ਲਈ ਬੜਾ ਹੀ ਮਤਲਬ ਮਾੜਾ ਵਰਤਾਰਾ ਜਿਹੜਾ ਕਿ ਵਰਤਾਇਆ ਜਾ ਰਿਹਾ, ਇਹਨਾਂ ਦੇ ਉੱਤੇ ਕਿਤੇ ਨਾ ਕਿਤੇ ਐਕਸ਼ਨ ਲੈਣ ਦੀ ਲੋੜ ਆ ਸਿੰਘੋ। ਕਿਉਂਕਿ ਅੱਜ ਇਹ ਚੈਨਲ ਉਹਨੂੰ ਕਦੇ ਕਹਿ ਦਿੰਦੇ ਨੇ ਵੀ ਅੰਮ੍ਰਿਤਪਾਲ ਸਿੰਘ ਨਹੀਂ ਰਹੇ, ਕਦੇ ਕੁਛ ਕਹਿ ਦਿੰਦੇ ਨੇ, ਪਰ ਮੈਂ ਇਹਨਾਂ ਗੱਲਾਂ ਨੂੰ ਤੁਹਾਡੇ ਅੱਗੇ ਹੀ ਰੱਖ ਰਿਹਾ ਕਿ ਸਾਡੇ ਸਮਾਜ ਦੇ ਵਿੱਚ ਇੰਨੀ ਯੁਰਤ ਹੋ ਗਈ ਲੋਕਾਂ ਦੀ, ਕੋਈ ਵੀ ਬੰਦਾ ਕੋਈ ਵੀ ਕਿਤੇ ਵੀ ਸਮਾਜ ਨੂੰ ਜਿਹੜਾ ਸਿੱਖ ਸਾਡੀ ਕੌਮ ਹੈ ਉਹਦੇ ਉੱਤੇ ਕੋਈ ਵੀ ਸ਼ਬਦਾਵਲੀ ਪੇਸ਼ ਕਰ ਦਿੰਦਾ ਜਾਂ ਫਿਰ ਕੋਈ ਵੀ ਟਿੱਪਣੀ ਕਰ ਦਿੰਦਾ, ਕੋਈ ਵੀ ਗੱਲ ਨੂੰ ਤੋੜ ਮਰੋੜ ਕੇ ਸਾਡੇ ਸਿੱਖਾਂ ਦੇ ਉੱਤੇ ਪੇਸ਼ ਕੀਤਾ ਜਾਂਦਾ। ਤਾਂ ਮੇਰੀ ਹੁਣ ਇਹੀ ਅਪੀਲ ਆ ਸਾਡੇ ਜਿੰਨੀਆਂ ਵੀ ਸਿੱਖਾਂ ਦੀਆਂ ਆਪਣੇ ਜਥੇਬੰਦੀਆਂ ਨੇ ਗੁਰਦੁਆਰਿਆਂ ਦੇ ਵਿੱਚ ਵੱਡੀਆਂ ਵੱਡੀਆਂ ਯਾਨੀ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਇਹਨਾਂ ਜਿਹੜਾ ਕਿ ਚੈਨਲਾਂ ਦੇ ਉੱਤੇ ਪੂਰੀ ਹੀ ਮਤਲਬ ਕਾਰਵਾਈ ਕਰਨੀ ਚਾਹੀਦੀ ਹੈ ਜਿਹੜਾ ਕਿ ਇਹ ਫਰਾਡ ਫੈਲਾ ਰਹੇ ਨੇ। ਮੈਂ ਤੁਹਾਨੂੰ ਇਸ ਚੈਨਲ ਦਾ ਨਾਮ ਵੀ ਦੱਸ ਸਕਦਾ, ਸੱਚ ਤੇ ਸੋਚ, ਸੱਚ ਤੇ ਸੋਚ ਇਸ ਦਾ ਨਾਮ ਆ ਚੈਨਲ ਦਾ। ਪਰ ਗੱਲ ਕੀ ਹੈ ਵੀ ਸੱਚ ਤੇ ਸੋਚ ਲੱਗਦੀ ਹੈ ਤੁਹਾਨੂੰ ਇਹ ਹੋਊਗੀ, ਜਿਹੜਾ ਫਰਾਡ ਇਹਨਾਂ ਨੇ ਫੈਲਾਇਆ ਬਹੁਤ ਮਾੜੀ ਗੱਲ ਹੈ। ਸੋ ਮੇਰੀ ਇਹ ਅਪੀਲ ਆ ਸਾਡੇ ਜਿੰਨੇ ਵੀ ਸਿੱਖ ਸਮਾਜ ਦੇ ਲੋਕ ਨੇ, ਸਾਡੇ ਪੰਜਾਬ ਵਾਸੀ ਨੇ, ਕਿਉਂਕਿ ਪੰਜਾਬੀਆਂ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਨੇ, ਪੰਜਾਬੀਅਤ ਦੇ ਨਾਲ ਜਾਂ ਜੁੜਦੀਆਂ ਨੇ, ਤਾਂ ਇਹਨਾਂ ਲੋਕਾਂ ਨੂੰ ਚਾਹੀਦਾ ਹੈ ਵੀ ਯਾਰ ਇਹਨਾਂ ਨੂੰ ਖੁਦ ਵੀ ਚਾਹੀਦਾ ਕਿ ਬੰਦੇ ਬੋਲ ਵੀ ਪੰਜਾਬੀ ਰਹੇ ਨੇ, ਵੀ ਯਾਰ ਸਾਡੇ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਆਪਾਂ ਆਪਣੇ ਚੱਕਰ ਦੇ ਵਿੱਚ ਚੈਨਲ ਚਲਾਉਣ ਦੇ ਚੱਕਰ ਦੇ ਵਿੱਚ ਸਾਡੇ ਲੋਕਾਂ ਦੀ ਜਿਹੜੀ ਸੋਚ ਹੈ ਉਹਦੇ ਨਾਲ ਕਿਤੇ ਨਾ ਕਿਤੇ ਖੇਡਿਆ ਜਾ ਰਿਹਾ। ਮੇਰੀ ਹੁਣ ਇਹੀ ਅਪੀਲ ਹੈ ਵੀ ਜਿੰਨੇ ਤੁਸੀਂ ਭੈਣ ਭਰਾ ਸੁਣਦੇ ਹੋ ਇਹਨਾਂ ਗੱਲਾਂ ਦੇ ਉੱਤੇ, ਇਹਨਾਂ ਵਿਸ਼ਿਆਂ ਦੇ ਉੱਤੇ ਥੋੜ੍ਹਾ ਜਿਹਾ ਆਪ ਵੀ ਨਿਗਾਹ ਮਾਰਿਆ ਕਰੋ ਤੇ ਬੋਲਣ ਦੀ ਯੁਰਤ ਰੱਖਿਆ ਕਰੋ, ਕਿਉਂਕਿ ਆਪਣੇ ਕੌਮ ਨੂੰ ਚਾਰੇ ਪਾਸਿਓਂ ਘੇਰਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਉਹ ਚਾਹੇ ਸਰਕਾਰਾਂ ਦੇ ਦੁਆਰਾ ਹੋਵੇ ਚਾਹੇ ਕੋਈ ਹੋਰ, ਮਤਲਬ ਜਿਵੇਂ ਹੁਣ ਕੰਗਣਾ ਰਣੌਤ ਦਾ ਮੁੱਦਾ ਆ ਰਿਹਾ ਐਮਰਜੈਂਸੀ ਨੂੰ ਲੈ ਕੇ, ਪਰ ਉਹਦੇ ਤੇ ਤਾਂ ਸਿੰਘੋ ਦੇਖੋ ਧਮਕੀ ਦੇ ਪ੍ਰਤੀ ਅਸੀਂ ਉਹਨਾਂ ਤੇ ਤਾਂ ਲਵਾ ਦਿੱਤੀ ਹੈ ਪੱਕੀ ਰੋਕ। ਜੇਕਰ ਸਾਨੂੰ ਹੁਣ ਹੋਰ ਵੀ ਕਿਤੇ ਅੱਗੇ ਜਾਣਾ ਪਿਆ ਉਹਨਾਂ ਗੱਲਾਂ ਦੇ ਵੀ ਲਈ, ਮੈਂ ਤੁਹਾਨੂੰ ਇਹੀ ਮੈਸੇਜ ਦਿੰਦਾ ਉਹਦੇ ਲਈ ਅਸੀਂ ਕੁਛ ਵੀ ਕਰਨ ਨੂੰ ਤਿਆਰ ਹੈ, ਕਿਉਂਕਿ ਅਸੀਂ ਆਪਣੇ ਗੁਰੂਆਂ ਪੀਰਾਂ ਦੇ ਮਗਰ ਚੱਲਾਂਗੇ, ਜਿਵੇਂ ਕਿ ਉਹਨਾਂ ਨੇ ਆਪਣੇ ਪੁੱਤਰ ਵੀ ਵਾਰ ਕੇ ਸਿੱਖ ਕੌਮ ਦਾ ਸਿਰ ਉੱਚਾ ਕੀਤਾ ਸੀ ਤੇ ਖੁਸ਼ੀ ਦੇ ਵਿੱਚ ਜਕਾਰੇ ਛੱਡ ਦਿੱਤੇ ਸੀ, ਨਹੀਂ ਪੁੱਤ ਮਰਿਆ ਪਿਆ ਹੋਵੇ ਤੇ ਸਿੰਘ ਸਾਡੇ ਖੁਸ਼ੀ ਦੇ ਜਕਾਰੇ ਛੱਡਣ, ਕਿੱਡੀ ਵੱਡੀ ਫਕਰ ਵਾਲੀ ਗੱਲ ਹੈ।
ਪਰ ਇਹ ਜਿਹੜੇ ਲੋਕ ਨੇ ਇਹ ਨਹੀਂ ਜਾਣਦੇ ਵੀ ਇਹਨਾਂ ਦੇ ਰੁਤਬੇ ਕਿੰਨੇ ਉੱਚੇ ਸੀ, ਕੀ ਭਾਵਨਾਵਾਂ ਨੇ, ਕੀ ਸਾਡੇ ਸਿੱਖ ਦਾ ਯਾਨੀ ਇਤਿਹਾਸ ਹੈ। ਪਰ ਨਹੀਂ, ਇਹਨਾਂ ਨੂੰ ਆਪਣੇ ਚੈਨਲ ਚਲਾਉਣ ਦੇ ਚੱਕਰ ਦੇ ਵਿੱਚ ਕੁਛ ਵੀ ਕਰਨਾ ਪੈ ਜੇ। ਮੈਂ ਕਹਿੰਦਾ ਵੀ ਇਹ ਸਾਡੀਆਂ ਭਾਵਨਾਵਾਂ ਦੇ ਨਾਲ, ਸਾਡੀਆਂ ਗੱਲਾਂ ਬਾਤਾਂ ਦੇ, ਸਾਡੇ ਜਜ਼ਬਾਤਾਂ ਦੇ ਨਾਲ ਇਹ ਖੇਡ ਰਹੇ ਨੇ, ਤਾਂ ਇਹਨਾਂ 'ਤੇ ਵੱਡਾ ਐਕਸ਼ਨ ਲੈਣਾ ਚਾਹੀਦਾ ਹੈ। ਸਾਡੇ ਸਿੱਖ ਕੌਮ ਨੂੰ, ਸਾਡੀ ਪੰਜਾਬੀਅਤ ਨੂੰ, ਸਾਡੇ ਪੰਜਾਬ ਦੇ ਲੋਕਾਂ ਨੂੰ, ਕਿਉਂਕਿ ਗੱਲ ਬੜੀ ਗੰਭੀਰ ਹੈ। ਅੱਜ ਇੰਨੀ ਕੁ ਹੈ, ਅੱਜ ਚਿੰਗਾਰੀ ਹੈ ਤਾਂ ਕੱਲ੍ਹ ਨੂੰ ਭਾਂਬੜ ਵੱਲ ਸਕਦੇ ਨੇ। ਇਹੋ ਜਿਹੀਆਂ ਗੱਲਾਂ, ਵੱਡੀਆਂ ਵੱਡੀਆਂ ਗੱਲਾਂ ਨੂੰ ਜਨਮ ਦੇ ਦਿੰਦੀਆਂ ਨੇ, ਫਿਰ ਇਹ ਜਿਹੜੀਆਂ ਗੱਲਾਂ ਹੁੰਦੀਆਂ ਨੇ, ਫਿਰ ਇਹ ਰੋਕਿਆ ਨਹੀਂ ਰੁਕਦੀਆਂ, ਕਿਉਂਕਿ ਆਪਾਂ ਸਾਰੇ ਇਸ ਗੱਲ ਨੂੰ ਜਾਣਦੇ ਹਾਂ। ਜਦੋਂ ਕੋਈ ਸਿੱਖ ਕੌਮ ਨੂੰ ਛੇੜਦਾ ਹੈ, ਇਹ ਸਿੱਖ ਕੌਮ ਗੁਰੂ ਦੀ ਉਸ ਮਤਲਬ ਜਿਵੇਂ ਕਹਿ ਦਈਏ ਸਿੱਖੀ ਦਾ ਇੱਕ ਛੱਤਾ ਹੈ, ਜਿਵੇਂ ਅਗਲਾ ਕਹਿੰਦਾ ਭਰਿੰਡਾਂ ਦਾ ਛੱਤਾ ਛੇੜ ਲਿਆ ਜੀ, ਪਰ ਇਹ ਉਹ ਛੱਤਾ ਹੈ ਗੁਰੂ ਦਾ ਜਿਹੜਾ ਕਿ ਮੁੜ ਕੇ ਸੰਭਾਲਿਆ ਨਹੀਂ ਸੰਭਲਦਾ। ਸੋ ਇਸ ਕਰਕੇ ਚੈਨਲਾਂ ਵਾਲਿਆਂ ਨੂੰ ਵੀ ਅਪੀਲ ਹੈ ਵੀ ਕੋਈ ਵੀ ਗਲਤ ਅਫਵਾਹ ਕਿਸੇ ਵੀ ਪ੍ਰਤੀ ਸਿੱਖ ਕੌਮ ਦੇ ਨਾਲ ਜਿਹੜੀ ਜਾ ਜੁੜਦੀ ਹੈ ਉਹਨੂੰ ਕਦੇ ਵੀ ਨਾ ਫੈਲਾਇਆ ਜਾਵੇ, ਚਾਹੇ ਉਹ ਪੰਜਾਬ ਦੀ ਗੱਲ ਹੈ, ਚਾਹੇ ਸਿੱਖ ਕੌਮ ਦੀ ਲਈ ਹੈ, ਚਾਹੇ ਉਹ ਪੰਜਾਬੀਅਤ ਦੇ ਲਈ ਹੈ। ਕੋਈ ਵੀ ਗੱਲ ਨੂੰ ਫਰਾਡ ਬਣਾ ਕੇ ਪੇਸ਼ ਨਹੀਂ ਕਰਨਾ ਆਪਣੀ ਜਨਤਾ ਦੇ ਵਿੱਚ, ਇਹ ਤੁਸੀਂ ਆਪਣਾ ਪਰਨ ਲੈ ਲਓ, ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਾ ਕੋਈ ਐਕਸ਼ਨ ਤੁਹਾਡੇ 'ਤੇ ਵੀ ਹੋਊਗਾ। ਤਾਂ ਹੁਣ ਮੇਰੀ ਅਪੀਲ ਆ ਸਾਡੇ ਭੈਣ ਭਰਾਵਾਂ ਨੂੰ, ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਦੇ ਰਹਿਣਾ, ਤਾਂ ਕਿ ਇਹੋ ਜਿਹੇ ਲੋਕਾਂ ਨੂੰ ਨੰਗੇ ਕਰਕੇ ਇਹਨਾਂ ਦਾ ਚਿਹਰਾ ਸਾਹਮਣੇ ਲਿਆਈਏ ਕਿ ਇਹ ਜਿਹੜੇ ਚੈਨਲ ਨੇ ਇਹ ਸਾਡੇ ਕੌਮ ਦੇ ਪ੍ਰਤੀ ਗਲਤ ਗੱਲਾਂ ਨੂੰ ਜਨਮ ਦੇ ਰਹੇ ਨੇ। ਕੱਲ੍ਹ ਨੂੰ ਕੁਛ ਵੀ ਹੋ ਸਕਦਾ, ਤਾਂ ਇਹ ਤੁਸੀਂ ਸਾਰੇ ਜਾਣਦੇ ਹੋ। ਬਾਕੀ ਜਿਹੜਾ ਕੋਈ ਭੈਣ ਭਰਾ ਨਵਾਂ ਚੈਨਲ 'ਤੇ ਉਹ ਸਬਸਕ੍ਰਾਈਬ ਕਰ ਦਿਓ, ਤਾਂ ਕਿ ਅਗਲਾ ਨੋਟੀਫਿਕੇਸ਼ਨ ਪੰਜਾਬ ਦੇ ਪ੍ਰਤੀ ਸਾਡੇ ਲੋਕਾਂ ਦੇ ਪ੍ਰਤੀ ਪਾਵਾਂਗੇ ਉਹ ਤੁਹਾਡੇ ਤੱਕ ਪਹੁੰਚਦਾ ਰਹੇ। ਬੈੱਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ, ਧੰਨਵਾਦ। ਲੈ ਕੇ ਹੁਣ ਤਰ੍ਹਾਂ ਤਰ੍ਹਾਂ ਦੇ ਸਵਾਲ ਉੱਠਣ ਲੱਗ ਪਏ ਆ, ਕਿਉਂ? ਕਿਉਂਕਿ ਪ੍ਰਸ਼ਾਸਨ ਜਿਹੜਾ ਵੈ ਉਹ ਹਰ ਤਰ੍ਹਾਂ ਦਾ ਹੱਥ ਕੰਡਾ ਅਪਣਾ ਰਿਹਾ ਵੈ। ਪਿਛਲੇ ਦਿਨ ਇਹ ਖਬਰ ਆਈ ਸੀ ਕਿ ਕੁਛ ਸਿੰਘ ਜਿਹੜੇ ਵੀਰ ਹੈ ਉਹਨਾਂ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੈ, ਉਹਨਾਂ ਨੂੰ ਦਮੇ ਦਾ ਮਸਲਾ ਵੈ, ਕਿਸੇ ਨੂੰ ਕੋਈ ਮਸਲਾ ਵੈ, ਉਹਨਾਂ ਦੀ ਮੈਡੀਸਨ ਉਹਨਾਂ ਨੂੰ ਨਹੀਂ ਦਿੱਤੀ ਜਾ ਰਹੀ। ਵੀਰੋ ਇਹ ਪ੍ਰਸ਼ਾਸਨ ਦੇਖੋ ਕਿੱਡਾ ਵੱਡਾ ਧੱਕਾ ਕਰ ਰਹੀ ਹੈ, ਉਲਟਾ ਉਹਨਾਂ ਦੇ ਨਾਲ ਮਾਰ ਕੁਟਾਈ ਕੀਤੀ ਜਾ ਰਹੀ ਹੈ। ਫਿਰ ਭਾਈ ਅੰਮ੍ਰਿਤਪਾਲ ਸਿੰਘ ਹੈ, ਉਹਨਾਂ ਦੀ ਵੀ ਕੋਈ ਖਬਰ ਨਹੀਂ ਸਾਹਮਣੇ ਆਉਂਦੀ, ਕਿਉਂਕਿ ਪਰਿਵਾਰ ਨੂੰ ਠੀਕ ਤਰ੍ਹਾਂ ਮਿਲਣ ਨਹੀਂ ਦਿੱਤਾ ਜਾਂਦਾ, ਫਿਰ ਕਿਸੇ ਤਰ੍ਹਾਂ ਦਾ ਵੀ ਮੀਡੀਆ ਕੋਈ ਖਬਰ ਨਹੀਂ ਲਾਉਂਦਾ, ਕੋਈ ਗੱਲਬਾਤ ਨਹੀਂ ਕਰਦਾ। ਜਿਹੜਾ ਗੋਦੀ ਮੀਡੀਆ ਵੈ ਉਹ ਪੂਰੀ ਸਪੋਰਟ ਕਰਨ ਡਿਆ। ਜਦੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਲੋਕਾਂ ਨੂੰ ਖਬਰ ਹੀ ਨਹੀਂ ਕੋਈ ਜਾਣੀ, ਤੇ ਉਹਨਾਂ ਨੂੰ ਇਹੀ ਹੈ ਕਿ ਉਹ ਜੇਲ੍ਹ ਦੇ ਵਿੱਚ ਠੀਕ ਹੈ, ਲੇਕਿਨ ਜੇਲ੍ਹ ਦੇ ਵਿੱਚ ਉਹਨਾਂ ਨਾਲ ਕੀ ਵਾਪਰ ਰਹੀ ਹੈ, ਕਿਸ ਤਰ੍ਹਾਂ ਦਾ ਮਾਹੌਲ ਹੈ, ਕਿਸ ਤਰ੍ਹਾਂ ਦਾ ਉਹਨਾਂ ਨੂੰ ਟ੍ਰੀਟ ਕੀਤਾ ਜਾ ਰਿਹਾ ਵੈ, ਮਾਰ ਕੁਟਾਈ ਕੀਤੀ ਜਾ ਰਹੀ ਹੈ, ਖਾਣਾ ਪੀਣ ਦਾ ਉਹਨਾਂ ਦੀ ਸਿਹਤ ਦਾ, ਇਹ ਵੀਰੋ ਕਿਸੇ ਨੂੰ ਨਹੀਂ ਪਤਾ, ਕਿਉਂਕਿ ਸਾਹਮਣੇ ਕੋਈ ਤਸਵੀਰ ਹੀ ਨਹੀਂ ਆ ਰਹੀ। ਕੋਈ ਮੀਡੀਆ ਦੇ ਸਾਹਮਣੇ ਕੋਈ ਤਸਵੀਰ ਆਵੇ, ਕੋਈ ਉਹਨਾਂ ਦਾ ਬਿਆਨ ਆਵੇ, ਕੋਈ ਅਪਡੇਟ ਆਵੇ, ਤਾਂ ਕਿ ਸੰਗਤਾਂ ਨੂੰ, ਸਿੱਖ ਜਿਹੜਾ ਵੈ ਉਹਨਾਂ ਨੂੰ ਪਤਾ ਆਵੇ ਕਿ ਉਹਨਾਂ ਨਾਲ ਕੀ ਵਾਪਰ ਰਹੀ ਹੈ, ਉਹ ਕਿਸ ਹਾਲ 'ਚ ਹੈਗੇ ਆ। ਇਹ ਤਾਂ ਵੀਰੋ ਹੁਣ ਦੇਖੋ ਜਿਹੜਾ ਦੇਵ ਸਿੱਧੂ ਹੈ ਉਹ ਰੋਜ਼ ਜਿੱਥੋਂ ਕਿਤੇ ਵੀ ਛੋਟੀ ਵੀ ਅਪਡੇਟ ਲੱਭਦੀ ਹੈ ਉਹ ਸਾਡੇ ਨਾਲ ਸ਼ੇਅਰ ਕਰਦੇ ਹੈ, ਅਤੇ ਤੁਸੀਂ ਇਹਨਾਂ ਦੇ ਚੈਨਲ ਨੂੰ ਲਾਜ਼ਮੀ ਸਪੋਰਟ ਕਰਿਓ, ਕਿਉਂਕਿ ਬਹੁਤ ਵਧੀਆ ਕੰਮ ਕਰ ਰਹੇ ਆ, ਸਾਨੂੰ ਛੋਟੀ ਤੋਂ ਛੋਟੀ ਜਿਹੜੀ ਅਪਡੇਟ ਹੈ ਉਹ ਦਿੰਦੇ ਹੈ। ਅਤੇ ਇਸ ਕਰਕੇ ਵੀਰੋ ਸਾਰੇ ਇਹ ਆਸ਼ਾ ਹੀ ਕਰ ਸਕਦੇ ਹੈ ਕਿ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਹੈ ਉਹ ਜਲਦ ਤੋਂ ਜਲਦ ਬਾਹਰ ਆ ਜਾਣ, ਉਹਨਾਂ ਦੀ NSA ਖਤਮ ਹੋ ਜਾਵੇ, ਅਤੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ, ਕੋਈ ਮਸਲਾ ਜਾਂ ਉਹਨਾਂ ਦੀ ਸਿਹਤ ਨੂੰ ਕੁਛ ਨਾ ਹੋਵੇ। ਵੀਰੋ ਤੁਸੀਂ ਇਹਦੇ ਬਾਰੇ ਕੀ ਰਾਏ ਰੱਖਦੇ ਜੇ ਕਮੈਂਟ ਕਰਕੇ ਆਪਣੇ ਰਾਏ ਦਾ ਲਾਜ਼ਮੀ ਕਰਿਓ। ਆਪਣਾ ਢੇਰ ਸਾਰਾ ਖਿਆਲ ਰੱਖਿਓ, ਦੁਆਵਾਂ ਯਾਦ ਰੱਖਿਓ। ਅੱਲਾ ਹਾਫਿਜ਼।